ਅੱਜ ਆਪਾਂ ਗੱਲ ਕਰਾਂਗੇ ਨਿਊਜ਼ੀਲੈਂਡਿੰਗ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਔਰ ਜਿਹੜਾ ਰਿਜ਼ਲਟ ਉਹ ਕਿਸ ਤਰ੍ਹਾਂ ਆ ਰਿਹਾ ਹੈਗਾ। ਹੁਣ ਪਿੱਛੇ ਨਿਊਜ਼ੀਲੈਂਡ ਨੇ ਬਹੁਤ ਵਧੀਆ ਰਿਜ਼ਲਟ ਦਿੱਤੇ ਸੀਗੇ, ਜਿਸ ਕਰਕੇ ਨਿਊਜ਼ੀਲੈਂਡ ਵੱਲ ਲੋਕਾਂ ਦਾ ਜਿਹੜਾ ਰੁੱਖ ਹੈਗਾ ਉਹ ਇੱਕਦਮ ਬਹੁਤ ਜ਼ਿਆਦਾ ਹੋ ਗਿਆ ਸੀਗਾ। ਰਿਜ਼ਲਟ ਜਿਹੜਾ ਹੈਗਾ ਹੋਰਾਂ ਨਾਲੋਂ ਜ਼ਿਆਦਾ ਹੈਗਾ। ਪ੍ਰੋਸੈਸਿੰਗ ਟਾਈਮ ਜੇ ਆਪਾਂ ਗੂਗਲ 'ਤੇ ਚੈੱਕ ਕਰਦੇ ਹਾਂ, ਅੰਬੈਸੀ ਦੀ ਵੈਬਸਾਈਟ 'ਤੇ ਚੈੱਕ ਕਰਦੇ ਹਾਂ, ਤਾਂ 65-70 ਡੇਜ਼ ਦਾ ਪ੍ਰੋਸੈਸਿੰਗ ਟਾਈਮ ਹੈ ਨਿਊਜ਼ੀਲੈਂਡ ਦਾ। ਬਟ ਅਸਲ ਦੇ ਵਿੱਚ 40 ਦਿਨਾਂ ਦੇ ਵਿੱਚ ਵੀਜ਼ਾ ਆ ਰਿਹਾ ਹੈਗਾ।